सत श्री अकाल जी, हमारे साथ जुड़ चुकी हैं अमनप्रीत कौर टूर, जो कि मोगा पंजाब से बिलोंग करती हैं। अमनप्रीत कौर टूर का कनाडा का स्टडी वीज़ा आ चुका है। कॉन्ग्रेचुलेशन अमनप्रीत। थैंक यू सर। अमनप्रीत, आप हमारे व्यूअर्स को बताएंगे आपकी क्या प्रोफाइल थी और आप कौन सी पढ़ाई के लिए कनाडा जा रहे हैं? मैं 2019 ਵਿੱਚ ਪਲੱਸ ਟੂ ਪਾਸ ਕੀਤੀ ਵਿਦ ਨੋਨ ਮੈਡੀਕਲ, ਮੇਰੇ 65% ਸੀ। ਐਂਡ ਦੈਨ ਮੈਂ ਆਇਲਸ ਟਰਾਈ ਕਰੀ, ਮੇਰੇ 6.5 ਬੈਂਡ ਸਕੋਰ ਸੀ, ਨੋਟ ਲੈਸ ਦੈਨ 5.5। ਐਂਡ ਦੈਨ ਮੈਨੂੰ ਮੇਰੀ ਰਿਲੇਟਿਵ ਨੇ ਸੁਜੈਸਟ ਕੀਤਾ ਕਿ ਲੈਂਡਮਾਰਕ ਇਮੀਗ੍ਰੇਸ਼ਨ ਕੋਲੋਂ ਤੁਸੀਂ ਅਪਲਾਈ ਕਰੋ। ਐਂਡ ਦੈਨ ਮੈਂ ਮੋਗਾ ਬ੍ਰਾਂਚ ਵਿੱਚੋਂ ਅਪਲਾਈ ਕੀਤਾ ਸੀਗਾ। ਉੱਥੇ ਸੈਮੀਨਾਰ ਵਿੱਚੋਂ ਸਾਨੂੰ ਉੱਥੇ ਸੁਜੈਸ਼ਨ ਮਿਲੀ ਸੀ ਟੋਰੋਂਟੋ ਸਕੂਲ ਆਫ ਮੈਨੇਜਮੈਂਟ ਕਾਲਜ ਦੀ। ਐਂਡ ਉੱਥੋਂ ਅਸੀਂ ਅਪਲਾਈ ਕੀਤਾ ਐਂਡ ਮੇਰਾ ਵਿਦ ਇਨ 2-3 ਮੰਥਸ ਵਿੱਚ ਵੀਜ਼ਾ ਆ ਗਿਆ। ਮੈਂ ਸੈਟਿਸਫਾਈਡ ਆ ਰਿਜ਼ਲਟਸ ਤੋਂ। ਓਕੇ, ਸੋ ਅਮਨਪ੍ਰੀਤ, ਜੋ ਕੁਐਸਚਨ ਆਤੇ ਹੈ ਨਾ ਦਿਮਾਗ ਮੇਂ, ਪੇਰੈਂਟਸ ਕੇ ਪਹਿਲੇ ਹੋਤੇ ਹੈਂ ਹਮਾਰੇ ਬਾਅਦ ਮੇਂ ਆ ਜਾਤੇ ਹੈਂ ਕੁਐਸਚਨ, ਹੈ ਨਾ। ਪਹਿਲੇ ਪੇਰੈਂਟਸ ਹਮਾਰੇ ਪਾਸ ਆਤੇ ਹੈ ਕਿ ਜਨਰਲ ਕੈਟੇਗਰੀ ਹੈ, SDS ਸ਼ੁਰੂ ਹੋ ਗਿਆ ਹੈ, 6 ਈਚ ਨਹੀਂ ਹੋਂਗੇ ਤੋ ਬੱਚੇ ਕਾ ਵੀਜ਼ਾ ਨਹੀਂ ਆਏਗਾ, ਏਕ ਮੇਂ 5.5 ਹੈ, ਆਇਲਸ ਰਿਪੀਟ ਕਰ ਲੇ, 2-3 ਵਾਰ ਬੱਚੇ ਆਇਲਸ ਰਿਪੀਟ ਕਰ ਰਹੇ ਹੈ, ਪਰ ਵੋ ਡਿਜ਼ਾਇਰਡ ਬੈਂਡ ਸਕੋਰ ਨਹੀਂ ਆ ਪਾ ਰਹੇ ਜੋ 6 ਈਚ ਚਾਹੀਏ। ਤੋ ਵੋ ਡਰ ਨਹੀਂ ਥਾ ਕਹੀਂ ਨਾ ਕਹੀਂ ਕਿ ਏਕ ਮੇਂ 5.5 ਹੈ, ਵੀਜ਼ਾ ਰਿਫਿਊਜ਼ ਨਾ ਹੋ ਜਾਓ, ਔਰ ਜਾ ਵੀ ਹਮ ਮੇਨ ਜਗ੍ਹਾ ਟੋਰੋਂਟੋ ਮੇਂ ਰਹੇ ਹੈਂ, ਤੋ ਵੋ ਡਰ ਸਾ ਨਹੀਂ ਲਗਾ ਆਪਕੋ ਯਾ ਕਿਆ ਥਾ ਵੋ ਚੀਜ਼? ਪਹਿਲਾਂ ਜੋ ਸੁਣਦੇ ਸੀ ਉਦੋਂ ਲੱਗਦਾ ਸੀ ਡਰ, ਬਟ ਬਾਅਦ ਵਿੱਚ ਜਦੋਂ ਫਿਰ ਸਟਾਫ ਨੇ ਸਾਨੂੰ ਹੌਸਲਾ ਦਿੱਤਾ, ਉਹਨਾਂ ਨੇ ਕਿਹਾ ਆ ਕਿ ਕੋਈ ਇੱਦਾਂ ਪ੍ਰੋਬਲਮ ਨਹੀਂ ਹੁੰਦੀ, ਜਿੱਦਾਂ ਪਹਿਲਾਂ ਵੀਜ਼ਿਸ ਆ ਚੁੱਕੇ ਆ ਇੱਥੇ ਇਮੀਗ੍ਰੇਸ਼ਨ ਵਿੱਚ, ਤਾਂ ਸਾਨੂੰ ਫਿਰ ਹੌਸਲਾ ਮਿਲਿਆ ਸੀ, ਡਰ ਚਲਾ ਗਿਆ ਸੀ ਫਿਰ। ਸੋ ਆਪ ਕੌਨ ਸਾ ਪ੍ਰੋਗਰਾਮ ਕਰਨੇ ਕੇ ਲੀਏ ਜਾ ਰਹੇ ਹੈ ਟੋਰੋਂਟੋ ਸਕੂਲ ਆਫ ਮੈਨੇਜਮੈਂਟ ਮੇਂ? ਮੇਰਾ ਹੌਸਪਿਟੈਲਿਟੀ ਐਂਡ ਮੈਨੇਜਮੈਂਟ ਦਾ ਕੋਰਸ ਆ। ਹੌਸਪਿਟੈਲਿਟੀ, ਹਾਂਜੀ, ਐਂਡ 2 ਈਅਰਸ ਦਾ ਡਿਪਲੋਮਾ ਹੈ। ਠੀਕ ਹੈ, ਔਰ ਆਪਕੀ ਬੈਕਗ੍ਰਾਉਂਡ ਸਟੱਡੀਜ਼ ਕਿਆ ਹੈ? ਮੇਰੀ ਪਲੱਸ ਟੂ ਵਿਦ ਨੋਨ ਮੈਡੀਕਲ। ਅੱਛਾ, ਐਂਡ 65% ਪਲੱਸ ਟੂ ਨੋਨ ਮੈਡੀਕਲ ਮੇਂ ਹੈ ਔਰ ਆਪ ਹੌਸਪਿਟੈਲਿਟੀ ਕਾ ਆਗੇ ਡਿਪਲੋਮਾ ਕਰਨੇ ਜਾ ਰਹੇ ਹੋ। ਇਹ ਤੋਂ ਬਿਲਕੁਲ ਕੋਰਸ ਇਰਰਿਲੇਵੈਂਟ ਵਾਲੀ ਬਾਤ ਹੋ ਗਈ ਕਿ ਹਮਨੇ ਪੜ੍ਹਾਈ ਕੁਛ ਹੋਰ ਕੀ ਹੈ ਔਰ ਹਮ ਆਗੇ ਕਰਨੇ ਕੇ ਲੀਏ ਕੁਛ ਜਾ ਰਹੇ ਹੈ। ਜੈਸੇ ਆਜ ਕੇ ਲੀਏ ਹਮਾਰੇ ਪਾਸ ਵੀ ਕਈ ਕੈਂਡੀਡੇਟ ਆਤੇ ਹੈ ਕਿ ਸਰ ਕੋਰਸ ਇਰਰਿਲੇਵੈਂਟ ਹੈ, ਵੀਜ਼ਾ ਨਹੀਂ ਲੱਗੇਗਾ, ਵੀਜ਼ਾ ਰਿਫਿਊਜ਼ ਹੋ ਜਾਏਗਾ। ਹਮਨੇ ਸੁਣਾ ਹੈ ਕਿ ਅਗਰ ਨੋਨ ਮੈਡੀਕਲ ਕੇ ਬਾਅਦ ਕੰਪਿਊਟਰ ਮਕੈਨਿਕਲ ਜਾਂ ਇੰਜੀਨੀਅਰਿੰਗ ਕੇ ਕੋਰਸ ਲੈ ਕੇ ਨਹੀਂ ਜਾਤੇ। ਸੋ ਕਹੀਂ ਨਾ ਕਹੀਂ ਆਪਕੋ ਲੱਗਤਾ ਕਿ SOP ਨੇ ਕੰਮ ਕੀਆ ਹੋਗਾ ਆਪਕੀ ਜੋ SOP ਬਣੀ ਹੈ? ਹਾਂਜੀ, SOP ਕੇ ਕਾਰਨ ਹੀ ਵੀਜ਼ਾ ਆ ਚੁੱਕਾ ਹੈ ਐਂਡ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਹੈ ਕਿ ਮੇਰਾ SOP ਕਰਕੇ ਵੀਜ਼ਾ ਆ ਚੁੱਕਾ ਹੈ। ਚਲੋ ਦੋ ਬਾਤੇ ਫਾਦਰ ਸਾਹਿਬ ਸੇ ਵੀ ਕਰ ਲੈਤੇ ਹੈਂ, ਹੈ ਨਾ। ਤੋ ਸਰ ਆਪ ਹਮਾਰੇ ਵਿਊਅਰਸ ਕੋ ਕਿਆ ਮੈਸੇਜ ਦੇਣਾ ਚਾਹੇਂਗੇ? ਆਪਕੀ ਬਿਟੀਆ ਕਾ ਏਕ ਮੇਂ 5.5 ਪਰ ਵੀਜ਼ਾ ਆਇਆ ਹੈ, ਜਨਰਲ ਕੈਟੇਗਰੀ ਕਾ ਕੇਸ ਹੈ, ਕੋਰਸ ਵੀ ਆਪ ਨੋਨ ਮੈਡੀਕਲ ਸੇ ਹਮ ਹੌਸਪਿਟੈਲਿਟੀ ਮੇਂ ਗਏ ਹੈਂ, ਵਹਾਂ ਪਰ ਵੀ ਕੋਰਸ ਬਿਲਕੁਲ ਇਰਰਿਲੇਵੈਂਟ ਥਾ। ਸੋ ਆਪ ਹਮਾਰੇ ਵਿਊਅਰਸ ਕੋ ਕਿਆ ਮੈਸੇਜ ਦੇਂਗੇ ਕਿ ਹਰ ਬੱਚਾ ਹਮਸੇ ਜੋ ਹੈ ਵੋ ਸੈਟਿਸਫਾਈਡ ਹੋ ਕਰ ਜਾਏ? ਹਾਂਜੀ, ਸਾਨੂੰ ਬਹੁਤ ਵਧੀਆ ਲੱਗਾ ਜੀ, ਲੈਂਡਮਾਰਕ ਹੈ, ਸਾਨੂੰ ਅਪਲਾਈ ਕਰਕੇ ਇਹਨੂੰ ਯਾਨੀ ਬਹੁਤ ਖੁਸ਼ੀ ਹੋਈ, ਸਾਡੇ ਬੱਚੇ ਦਾ ਵੀਜ਼ਾ ਹੈ ਜੀ। 1-5 ਸੰਗੁਰ ਸੀਗੇ, ਸਾਨੂੰ ਪਹਿਲਾਂ ਡਰ ਲੱਗ ਰਿਹਾ ਸੀ, ਜਦੋਂ ਅਸੀਂ ਕੰਟੈਕਟ ਕੀਤਾ ਸਾਨੂੰ ਬਹੁਤ ਵਧੀਆ ਲੱਗਿਆ ਜੀ। ਚਲੋ, ਅੱਛਾ ਹੈ ਬੱਚਾ ਬਾਹਰ ਜਾ ਰਿਹਾ ਹੈ, ਕੈਨੇਡਾ ਜਾ ਰਿਹਾ ਹੈ। ਹਾਂਜੀ, ਅੱਛੇ ਸੇ ਪੜ੍ਹਾਈ ਕਰੋ, ਮੈਂ ਤਾਂ ਇਹੀ ਬੋਲੂੰਗਾ ਆਪਕੋ, ਐਂਡ ਬੈਸਟ ਆਫ ਲਵ ਫੋਰ ਯੋਰ ਬ੍ਰਾਈਟ ਫਿਊਚਰ। ਹਾਂਜੀ, ਥੈਂਕ ਯੂ ਸਰ।